ਆਪਾਂ ਕਿਤੇ ਜੰਗਲ 'ਚ ਜਾ ਕੇ ਖੜੀ ਕਰਦੇ ਹਾਂ, ਇਹਨੂੰ ਵਾਈਡ ਹੋ ਜਾਂਦੀ, ਖੁੱਲੀ ਹੋ ਜਾਂਦੀ ਹੈ। ਅੱਛਾ, ਆ ਵੀ ਬੈੱਡ ਬਣ ਜਾਂਦਾ, ਆ ਵੀ ਬੈੱਡ ਬਣ ਜਾਂਦਾ, ਉਹ ਵੀ ਬੈੱਡ ਆ, ਉਹ ਵੀ ਬੈੱਡ ਹੈ। ਅੱਛਾ, ਉੱਧਰ ਵੀ ਬੈੱਡ ਆ, ਹਾਂ ਉੱਪਰ ਬੈੱਡ ਆ, ਉਹ ਥੱਲੇ 6-7 ਬੰਦੇ ਉੱਧਰ ਬਹਿ ਸਕਦੇ ਤੇ ਆ ਆਪਣੇ ਕਾਦੇ ਵਾਸਤੇ, ਇਹ ਦਿਖਾਉਣ ਵਾਸਤੇ, ਬੈਠਣ ਵਾਸਤੇ, ਇਹਦਾ ਤਾਂ ਬੈੱਡ ਬਣ ਜਾਂਦਾ, ਅਲੱਗ ਇਹਦਾ ਵੀ ਬੈੱਡ ਬਣ ਜਾਂਦਾ। ਇਹ ਬੈੱਡਰੂਮ ਆ ਗਿਆ, ਠੀਕ ਹੈ, ਇਹ ਆ ਗਈ ਤੁਹਾਡੀ ਆਹ ਕਲੋਜ਼ਟ ਆ ਗਈ। ਜੇ ਲੌਂਗ ਟ੍ਰਿਪ 'ਤੇ ਜਾਣਾ, ਇੱਥੇ ਕੱਪੜੇ ਧੋਣ ਵਾਲੀ ਮਸ਼ੀਨ, ਅੱਛਾ ਉਹ ਵੀ ਲੱਗ ਜਾਣੀ, ਲੱਗ ਸਕਦੀ ਹੈ, ਛੋਟੀਆਂ ਲਾ ਸਕਦੇ ਆਪਾਂ। ਚੁੱਲ੍ਹਾ ਇੱਥੇ ਬਾਹਰਲੇ ਪਾਸੇ, ਅੱਛਾ ਆਊਟਸਾਈਡ ਵਾਸਤੇ, ਆਊਟਸਾਈਡ ਵਾਸਤੇ ਚੁੱਲ੍ਹਾ ਇਹ, ਬਾਹਰ ਖੜੇ ਆ ਤੁਸੀਂ? ਹਾਂਜੀ, ਇਹ ਫਰਿੱਜ ਆ, ਬਾਹਰ ਖੜੇ ਆ। ਅੱਛਾ, ਬਾਹਰ ਖੜ ਕੇ ਖਾਣ ਪੀਣ ਵਾਸਤੇ ਇੱਧਰ ਪਿੱਕਾ, ਬਸ ਫਿਰ ਇਹਦੇ ਨਾਲ ਇਹਦੇ ਵਾਸਤੇ ਲਿਆਂਦਾ, ਇਹਦੇ ਵਾਸਤੇ ਲਿਆਂਦਾ ਯਾਰ। ਅੱਛਾ, ਇਹ ਆਹ ਹੁੱਕ ਆ, ਆਹ ਹੁੱਕ ਸਿਸਟਮ ਆ ਬਾਈ ਇਹਦਾ, ਨਾ ਆਪਣੇ ਮੂੰਹ ਕਿੱਲੀ ਕੱਢਣੀ ਪਵੇ ਨਾ ਕੁਝ ਹੋਰ, ਤਾਂ ਸਿੱਧੀ ਇਹਦੀ ਹੁੱਕ ਪੈਂਦੀ ਹੈ। ਇਹ ਆ ਸਿਲੰਡਰ ਆ ਗਿਆ ਇੱਕ ਦਾ, ਇੱਕ ਸਿਲੰਡਰ, ਦੂਜੇ ਦੋ ਸਿਲੰਡਰ ਆ ਚੌਂਦੇ ਵੱਡੇ। ਆ ਗਈ ਬੇਸਮੈਂਟ ਇਹਦੀ, ਆਹ ਪਾਣੀ ਦਾ ਸਿਸਟਮ ਸਾਰਾ ਇੱਥੇ ਦਾ, ਆਹ ਬੇਸਮੈਂਟ ਆ ਗਈ ਤੇ ਆਹ ਪਾਣੀ ਦਾ, ਆਹ ਪਾਣੀ ਦਾ ਸਿਸਟਮ ਆ, ਜਿਵੇਂ ਇਹ 'ਚ ਪਾਣੀ ਪੈਂਦਾ ਇਹ 'ਚ, ਸਿਟੀ ਬਾਹਰ ਕਰਨਾ, ਬਲੈਕ ਟੈਂਕ ਤੇ ਬਲੈਕ ਟੈਂਕ ਹੈ। ਪਾਣੀ ਜੇ ਸੈਲਾਂ ਦੇ ਵਿੱਚ ਪਾਣੀ ਕੱਢਣਾ ਪੈਂਦਾ, ਜਮ ਜੂਗਾ। ਕਿੰਨੇ ਜਣੇ ਜਾਂਦੇ ਹੋ ਜਦੋਂ ਜਾਂਦੇ ਹੋ? ਅਸੀਂ ਪੂਰੇ ਜਾਣੇ 8-10 ਜਣੇ ਇਕੱਠੇ ਹੋ ਗਏ। ਕਿੰਨੇ ਜਣ ਵਾਸਤੇ ਫਿਰ? ਫਿਰ ਲਾਇਆ ਜੀ ਦਾ 2-3 ਵੀਕ। ਅੱਛਾ, ਫਿਰ ਸਾਰਾ ਕੁਝ ਵਿੱਚ ਹੀ ਚੱਲਦਾ, ਸਾਰਾ ਕੁਝ ਵਿੱਚ ਹੀ ਚੱਲਦਾ। ਫਿਰ ਠੀਕ ਆ, ਯੂਐਸ ਤੋਂ ਤਿਆਰ ਕਰਾਈ ਸੀ ਇਹ। ਅੱਛਾ, ਅਮਰੀਕਾ ਤੋਂ ਬਣਾਇਆ? ਅਮਰੀਕਾ ਤੋਂ ਬਣਾਇਆ। ਇਹ ਸਪੈਸ਼ਲ ਬਣਾਉਣਾ ਪੈਂਦਾ ਤੇ ਉਹਦਾ ਮਾਈਲਸਟੋਨ ਕੰਪਨੀ ਦਾ? ਨਹੀਂ, ਆਉਂਦੇ ਤਾਂ ਹੈਗੇ ਪਰ ਪਹਿਲਾਂ ਆਪਾਂ ਐਕਸਟੈਂਡ ਕਰਾਇਆ। ਠੀਕ ਆ, ਮਤਲਬ ਜ਼ਿਆਦਾ ਫੈਮਿਲੀ ਵਾਸਤੇ। ਕੈਨੇਡਾ 'ਚ ਜਿੱਥੇ ਪੰਜਾਬੀਆਂ ਨੇ ਤਰੱਕੀ ਕਰਕੇ ਵੱਡੀਆਂ ਵੱਡੀਆਂ ਟਰਾਂਸਪੋਰਟਾਂ, ਵੱਡੇ ਵੱਡੇ ਘਰ ਹੈ ਨਾ ਬਣਾਏ, ਅਤੇ ਉੱਥੇ ਆਪਦੇ ਸ਼ੌਂਕ ਵੀ ਪਗਾਏ ਆ। ਆਹ ਜਿਹੜਾ ਤੁਹਾਨੂੰ ਜਹਾਜ਼ ਨਜ਼ਰ ਆਉਂਦਾ ਸਾਹਮਣੇ, ਤਾਂ ਇਹਨੂੰ ਕਹਿੰਦੇ ਬਈ, ਮੈਂ ਕਿਹਾ ਬਈ ਆਹ ਜਹਾਜ਼ ਕਿਵੇਂ, ਕਾਹਦੇ ਵਾਸਤੇ ਰੱਖਿਆ? ਤਾਂ ਕਹਿੰਦੇ ਬਈ ਇਹ ਟਰਾਲਾ ਤਿਆਰ ਕਰਾਇਆ $2,00,000 ਦਾ ਬਾਈ, ਅਤੇ ਇਹ ਟਰਾਲੇ ਦੇ ਵਿੱਚ ਉਹ ਸਭ ਐਸ਼ੋ ਆਰਾਮ ਆ ਜਿਹੜਾ ਕਿ ਮੈਨੂੰ ਲੱਗਦਾ ਜਹਾਜ਼ ਦੇ ਵਿੱਚ ਵੀ ਨਾ ਹੋਵੇ, ਅਤੇ ਹੋ ਸਕਦਾ ਇਹ ਮਾਹਨੀਆਂ ਉਡਾਨੀਆਂ ਨੇ ਵੀ ਇੰਨੇ ਨਜ਼ਾਰੇ ਨਾਲ ਲਏ ਹੋਣ ਜਿੰਨੇ ਇੱਥੇ ਪੰਜਾਬੀ ਲੈਂਦੇ ਆ। ਸੋ ਆਪਾਂ ATF ਕੰਪਨੀ ਵਾਲੇ ਬਾਈ ਕੇਣ ਕੋਲ ਆਏ ਹਾਂ, ਤਾਂ ਤੁਹਾਨੂੰ ਮੈਂ ਇਹ 5-star ਜਿਹੜਾ ਹੈਗਾ ਟਰਾਲੇ ਦੇ ਦਰਸ਼ਨ ਕਰਾਉਣੇ ਅੰਦਰੋਂ ਅਤੇ ਬਾਹਰੋਂ ਵੀ, ਅਤੇ ਇਹਦੇ ਸਾਰੀਆਂ ਚੀਜ਼ਾਂ ਦਿਖਾਉਣੀਆਂ ਹੈ ਨਾ। ਤਾਂ ਤੁਹਾਨੂੰ ਦੱਸਾਂ ਪਹਿਲਾਂ ਜਿਹੜਾ ਹੈਗਾ ਇਹਨੂੰ ਪਿੱਕਾ ਖਿੱਚਦਾ ਵੀਰੇ, ਅਤੇ ਇਹਦੇ ਨਾਲ ਇਹ ਜਿਵੇਂ ਵੀਕਐਂਡ ਹੁੰਦਾ, ਛੁੱਟੀਆਂ ਹੁੰਦੀਆਂ, ਛੁੱਟੀਆਂ ਮਨਾਉਣ ਜਾਣਾ ਜੰਗਲਾਂ 'ਚ ਹੈ ਨਾ, ਜਾਂ ਆਪਾਂ ਕਿਤੇ ਆਊਟਿੰਗ 'ਤੇ ਚਲੇ ਜਾਂਦੇ ਆ, ਤਾਂ ਉੱਥੇ ਇਹਨੂੰ ਯੂਜ ਕਰਦੇ ਆ। ਅਤੇ ਲਓ ਪਹਿਲਾਂ ਮੈਂ ਤੁਹਾਨੂੰ ਇਹਦੇ ਸਾਰੀਆਂ ਚੀਜ਼ਾਂ ਦਿਖਾਉਣੇ ਆ, ਆਪਾਂ ਅੰਦਰੋਂ ਚੱਲਦੇ ਨਾਲ ਬਾਈ ਨਾਲ ਗੱਲਬਾਤ ਕਰਦੇ ਹਾਂ, ਠੀਕ ਹੈ? ਸੋ ਇਹ ਆਪਣਾ ਇੰਟਰਸ ਹੈ ਅਤੇ ਬਾਈ ਕੇਣ ਬਾਈ, ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਕੋਟੇ ਸਾਹਿਬ? ਵਧੀਆ ਵਧੀਆ ਬਾਈ। ਅਤੇ ਆਪਾਂ ਪਹੁੰਚ ਗਏ ਹਾਂ ਅੰਦਰ ਬਾਈ। ਸਭ ਤੋਂ ਪਹਿਲਾਂ ਟਰਾਲੇ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਦੇ ਹਾਂ, ਤਾਂ ਪਹਿਲਾਂ ਤਾਂ ਜਿਹੜਾ ਹੈਗਾ ਇੱਧਰਲੇ ਪਾਸੇ ਇਹ ਸਾਰਾ ਦਾ ਸਾਰਾ ਬਾਈ ਡਰਾਇੰਗ ਰੂਮ ਬਣਾ ਤਾ? ਇਹ ਡਰਾਇੰਗ ਰੂਮ ਆ ਯਾ। ਤਾਂ ਪਹਿਲਾਂ ਸੋਫੇ ਲੱਗੇ ਆ ਇੱਧਰ ਬਹਿਣ ਬੂਣ ਨੂੰ, ਅਤੇ ਸਾਹਮਣੇ ਲੱਗੀ ਆ LCD ਹੈ ਨਾ ਬਾਈ, ਅਤੇ ਦੂਸਰਾ ਬਾਈ ਨੇ ਬਣਾਇਆ ਨਾਲ ਦੀ ਨਾਲ ਇੱਥੇ ਕਿਚਨ ਆ। ਕਿਚਨ ਜੀ ਆ। ਅਤੇ ਬਾਈ ਇਹ ਫਿਰ ਸਾਰਾ ਕੰਟਰੋਲ ਕਿਵੇਂ ਦਾ, ਥੋੜ੍ਹਾ ਜਿਹਾ ਦੱਸਿਓ। ਕੰਟਰੋਲ ਆ ਸਿਸਟਮ ਇਹਨੂੰ ਕੰਟਰੋਲ ਕਰਦਾ ਵਾ। ਅੱਛਾ ਜੀ। ਕੋਈ ਜੋ ਚੀਜ਼ ਇਹਦੇ ਇਹ ਆਪਣੇ ਆਪ ਇਹ ਜੋ ਇਹਨੂੰ ਖੋਲਦੀ ਹੈ ਜਦੋਂ ਆਪਾਂ ਕਿਤੇ ਜੰਗਲ 'ਚ ਜਾ ਕੇ ਖੜੀ ਕਰਦੇ ਹਾਂ। ਹਾਂਜੀ ਹਾਂਜੀ। ਇਹਨੂੰ ਵਾਈਡ ਹੋ ਜਾਂਦੀ, ਖੁੱਲੀ ਹੋ ਜਾਂਦੀ ਹੈ। ਅੱਛਾ। ਅੱਜ ਜਦੋਂ ਖੁੱਲੀ ਹੋ ਜਾਂਦੀ ਹੈ, ਜਦੋਂ ਆਪਾਂ ਰੋਡ 'ਤੇ ਲਿਆਉਣੀਆਂ ਨੇ, ਟਾਈਟ ਹੋ ਜਾਣਾ ਉਦੋਂ। ਮਤਲਬ ਜਿੱਥੇ ਆਪਾਂ ਖੜੇ ਹਾਂ ਹਜੇ ਤੁਸੀਂ ਟਾਈਟ ਕੀਤਾ ਹੋਇਆ ਇਸ ਵਾਰ? ਨਹੀਂ, ਇਹ ਖੁੱਲੀ ਵੀ ਟਾਈਟ ਕਰਨ ਵਾਲੀ ਹੈ। ਅੱਛਾ, ਖੁੱਲਾ ਜਗ੍ਹਾ। ਤਾਂ ਮੰਨ ਲਓ ਇੱਥੇ ਜਿਵੇਂ ਆਪਾਂ ਜਿਵੇਂ ਉਹ ਸਾਈਡ ਬਾਹਰ ਗਈ ਆ, ਆਹ ਸਾਈਡ ਬਾਹਰ ਗਈ ਹੈ,
ਉਧਰ ਇਧਰਲੀ ਸਾਈਡ ਬਾਹਰ ਨੂੰ ਗਈ ਵੀ ਹੈ। ਅੱਛਾ, ਇਧਰ ਸਾਈਡ ਬਾਹਰ ਗਈ ਹੈ। ਬੜਾ ਬੜਾ ਫਲੈਕਸੀ ਵਾਲਾ ਇਕੱਠਾ ਵੀ ਹੋ ਜਾਂਦਾ ਇੱਕ ਦੂਜੋਂ। ਆ ਪਹਿਲਾਂ ਆਪਾਂ ਬੜਾ ਇਹਦੇ ਬਾਰੇ ਚਾਨਣਾ ਪਾ ਦਈਏ ਬਾਈ, ਇਹ ਤਾਂ ਅੱਗੇ ਰਸੋਈ ਤੇ ਇੱਧਰ ਕੀ ਆ ਗਿਆ ਬਾਈ ਸਰ ਤੁਹਾਡਾ ਸਾਰਾ? ਇੱਥੇ ਆ ਗਿਆ ਤੁਹਾਡਾ ਕੰਟਰੋਲ ਸਾਰਾ? ਇਹ ਕੰਟਰੋਲ ਆ ਗਿਆ। ਹਾਂਜੀ, ਆ ਚੁੱਲ੍ਹਾ ਆ ਗਿਆ। ਹਾਂਜੀ, ਆ ਮਾਈਕ੍ਰੋਵੇਵ ਆ ਗਿਆ। ਹਾਂਜੀ ਹਾਂਜੀ, ਇੱਧਰਲੇ ਪਾਸੇ ਆ ਗਿਆ ਆਹ ਫ੍ਰਿਜ ਆ ਗਏ। ਠੀਕ ਆ, ਵੱਡੀ ਫ੍ਰਿਜ, ਰਾਈਟ? ਮੇਰਾ ਤਾਂ ਪਹਿਲਾਂ ਜਾ ਕੇ ਆ ਲੱਗਦਾ ਜਿਹੜੇ ਸਾਡਾ ਸਮਾਨ ਰੱਖਿਆ। ਇਹ ਥੱਲੇ ਵਾਈਨ ਸਿਸਟਮ ਆ ਗਿਆ ਜੀ, ਥੱਲੇ ਆ ਇਧਰਲੇ ਪਾਸੇ। ਠੀਕ ਆ ਬਾਈ। ਹਾਂ, ਤੇ ਨਾਲ ਇਧਰਲੇ ਪਾਸੇ ਥੋੜਾ ਆ ਗਿਆ ਸਟੋਰੇਜ। ਅੱਛਾ, ਇੱਥੇ ਸਟੋਰੇਜ ਆ, ਸਟੋਰੇਜ ਆ ਗਿਆ। ਠੀਕ ਆ ਬਾਈ, ਤੇ ਵਿੱਚ ਹੀ ਝਾੜੂ ਝੂੜੂ ਰੱਖਿਆ ਤੇ ਵਿੱਚ ਹੀ ਭਾਈ ਇਧਰਲੇ ਪਾਸੇ ਬੀਰਾਂ ਬੂਰਾਂ ਜੋ ਮਰਜ਼ੀ ਰੱਖੋ। ਤੇ ਬਾਈ ਕਿੰਨੇ ਬੰਦੇ ਦਾ ਪ੍ਰਬੰਧ ਆ ਪਹਿਲਾਂ ਤਾਂ ਇਹਦੇ 'ਚ? ਇਹ ਪ੍ਰਬੰਧ ਹੈਗਾ ਰਾਊਂਡ ਅਬਾਊਟ 10 ਕੁ ਬੰਦੇ ਦਾ ਪ੍ਰਬੰਧ ਹੈਗਾ ਇਹ 'ਚ। ਕਿਆ ਬਾਤ ਆ, ਤੁਸੀਂ ਦੋ ਦੋ ਤਿੰਨ ਤਿੰਨ ਬੰਦੇ ਵਾਲੇ ਦੇਖਣਾ, ਉਹਨੂੰ ਪ੍ਰਬੰਧ ਦਿਖਾਉਣੇ ਆ। ਇੱਧਰਲੇ ਪਾਸੇ ਪਹਿਲਾਂ ਜਿਹੜਾ ਹੈਗਾ ਇੱਕ ਇੱਧਰ ਬੈੱਡ ਲੱਗਿਆ ਹੈਗਾ, ਇੱਕ ਬੈੱਡ, ਦੋ ਬੈੱਡ, ਫਿਰ ਆ ਵੀ ਬੈੱਡ ਬਣ ਜਾਂਦਾ, ਆ ਵੀ ਬੈੱਡ ਬਣ ਜਾਂਦਾ, ਉਹ ਵੀ ਬੈੱਡ ਆ, ਉਹ ਵੀ ਬੈੱਡ ਹੈ। ਅੱਛਾ, ਉੱਧਰ ਵੀ ਬੈੱਡ ਆ, ਉੱਪਰ ਬੈੱਡ ਆ, ਉਹ ਥੱਲੇ 6-7 ਬੰਦੇ ਇੱਧਰ ਬੈ ਸਕਦੇ ਤੇ ਆ ਆਪਣੇ ਕਾਦੇ ਵਾਸਤੇ? ਇਹ ਦਿਖਾਉਣ ਵਾਸਤੇ, ਬੈਠਣ ਵਾਸਤੇ, ਇਹਦਾ ਵੀ ਬੈੱਡ ਬਣ ਜਾਂਦਾ, ਅਲੱਗ ਇਹਦਾ ਵੀ ਬੈੱਡ ਬਣ ਜਾਂਦਾ। ਠੀਕ ਆ ਜੀ, ਆਪਾਂ ਇਹਨੂੰ ਕੱਢ ਦਈਏ ਤਾਂ ਇਹਦਾ ਵੀ ਬੈੱਡ, ਇਹਦਾ ਬੈੱਡ ਬਣ ਜਾਂਦਾ। ਮਤਲਬ 3 ਬੈੱਡ ਬਾਈ ਇੱਧਰ ਆ ਇਹਦੀ, ਫਿਰ ਇਹਦਾ ਆ ਚੀਜ਼ ਆ ਗਈ, ਇਹ ਜਵਾਕਾਂ ਦੀ ਪ੍ਰਾਈਵੇਸੀ ਵਾਸਤੇ ਇਹ ਲੌਕ ਲੱਗ ਜਾਂਦਾ ਇੱਥੇ ਇਹਨੂੰ। ਠੀਕ ਹੈ, ਮਤਲਬ ਇਹ ਲੌਕ ਲੱਗ ਜਾਂਦਾ ਜੀ ਜਵਾਕਾਂ ਵਾਸਤੇ। ਇਹਨਾਂ ਤੁਹਾਡਾ ਵਾਸ਼ਰੂਮ ਆ? ਅੱਛਾ ਜੀ, ਜਵਾਕਾਂ 'ਚ ਦੋ ਫੈਮਲੀਆਂ ਹੋਣ। ਇਹ ਆ ਗਿਆ ਵਾਸ਼ਰੂਮ। ਅੱਛਾ, ਇਧਰਲੇ ਪਾਸੇ ਇਹਦੀ ਆਊਟ ਗੇਟ ਆ ਇਧਰਲੇ ਪਾਸੇ। ਠੀਕ ਆ, ਮਾੜਾ ਜਿਹਾ ਮੈਂ ਦਿਖਾ ਦਿਆਂ ਬਈ, ਮਾੜੇ ਅੰਦਾ ਇਧਰਲੇ ਪਾਸੇ ਆ ਗਿਆ ਵਾਸ਼ਰੂਮ ਬਈ, ਦੇਖ ਲਓ। ਇੱਥੋਂ ਤੱਕ ਕਿ ਟੱਬ ਵੀ ਲਾਤਾ ਬਾਈ ਨੇ ਬੱਚਿਆਂ ਵਾਸਤੇ, ਹੈ ਨਾ, ਸਿੱਧੇ ਹੱਸਦਾ। ਅਤੇ ਇੱਧਰਲੇ ਪਾਸੇ ਪੌੜੀਆਂ, ਅਤੇ ਇਹਦੇ ਨਾਲ ਨਿਕਲ ਕੇ ਆਪਾਂ ਆਊਟਿੰਗ 'ਤੇ ਚਲੇ ਜਾਂਗੇ। ਠੀਕ ਆ, ਆਹ ਸਾਰਾ ਉਹਦਾ ਪ੍ਰਬੰਧ ਆ ਗਿਆ। ਮਤਲਬ ਬੱਚਿਆਂ ਵਾਲਾ ਕਮਰਾ ਜਾਂ ਕਿਸੇ ਇੱਕ ਪਰਿਵਾਰ ਵਾਲਾ ਇੱਧਰ ਆ ਗਿਆ, ਅਤੇ ਜੇ ਉਹਨਾਂ ਨੇ ਆਪਦਾ ਸੈਲੀਬ੍ਰੇਟ ਕਰਨਾ, ਬਹਿਣਾ ਇਕੱਠੇ, ਇੱਥੇ ਗੈਟ ਟੂਗੈਦਰ ਇੱਥੇ ਹੋ ਜਾਣੀ ਆ। ਅਤੇ ਉੱਧਰਲੇ ਪਾਸੇ ਦਾ ਫਿਰ ਥੋੜ੍ਹਾ ਜਿਹਾ ਵੱਡਾ ਹੀ ਕੰਮ ਲੱਗਦਾ, ਮਤਲਬ ਡਬਲ ਬੈੱਡ ਲਾਈ ਬੈਠਾ ਬਾਈ ਵਰਗੇ, ਹੈ ਨਾ। ਇੱਧਰ ਆ ਗਿਆ ਮਾਸਟਰ ਬੈੱਡਰੂਮ ਆ ਗਿਆ ਇੱਧਰ। ਅੱਛਾ, ਅਤੇ ਅੱਛਾ ਇੱਧਰ ਕੀ ਆ ਬਾਈ? ਇੱਧਰ ਵਾਸ਼ਰੂਮ ਇਹਦਾ। ਅੱਛਾ, ਇੱਧਰ ਇਹਦੇ ਵਾਸਤੇ ਅੱਡ ਕੀਤਾ ਗਿਆ। ਹਾਂਜੀ ਹਾਂਜੀ, ਤੁਸੀਂ ਦੇਖ ਲਓ ਵੀ ਇਹ ਜਿਹੜਾ ਹੈਗਾ ਟਰਾਲਾ ਨਹੀਂ ਜਹਾਜ਼ ਹੀ ਕਹਿ ਸਕਦੇ ਹਾਂ। ਇਹ ਆਪਣੇ ਪੰਜਾਬੀ ਬਸ ਨਾਂ ਉਵੇਂ ਰੱਖੇ ਹੋਏ ਆ ਜਿਵੇਂ ਪਿੰਡਾਂ ਨੇ ਵੀ ਆਪਾਂ ਆਹ ਟਰਾਲਾ ਸ਼ਿੰਗਾਰ ਲਿਆ ਜਾਂ ਫਲਾਨਾ, ਹੈ ਨਾ। ਸੋ ਇੱਧਰਲੇ ਪਾਸੇ ਭਾਈ ਆਪਦਾ ਨਹਾ ਧੋ ਕੇ ਤਿਆਰ ਵੀ ਹੋ ਸਕਦਾ ਬੰਦਾ, ਅਤੇ ਅੱਗੇ ਚੱਲਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ। ਇੱਧਰ ਆ ਗਿਆ ਬੈੱਡਰੂਮ ਆ ਗਿਆ। ਅੱਛਾ, ਇੱਧਰ ਬੈੱਡਰੂਮ ਆ ਗਿਆ ਬਈ, ਇਹ ਬੈੱਡਰੂਮ ਆ ਗਿਆ। ਠੀਕ ਹੈ, ਇਹ ਆ ਗਈ ਤੁਹਾਡੀ ਆਹ ਕਲੋਜ਼ਟ ਆ ਗਈ, ਕਲੋਜ਼ਟ ਆ ਗਈ। ਜੇ ਲੌਂਗ ਟ੍ਰਿਪ 'ਤੇ ਜਾਣਾ ਇੱਥੇ ਕੱਪੜੇ ਧੋਣ ਵਾਲੀ ਮਸ਼ੀਨ। ਅੱਛਾ, ਉਹ ਵੀ ਲੱਗ ਜਾਣੀ, ਲੱਗ ਸਕਦੀ ਹੈ, ਛੋਟੀਆਂ ਲਾ ਸਕਦੇ ਆਪਾਂ ਜੇ ਕਿਤੇ ਲੰਬੇ ਟ੍ਰਿਪ 'ਤੇ ਜਾ ਰਹੇ ਕਿਤੇ ਮਹੀਨੇ ਦੋ ਮਹੀਨੇ ਵਾਸਤੇ। ਠੀਕ ਆ ਬਈ, ਹਾਂਜੀ। ਸੋ ਭਾਈ ਇੱਦਾਂ ਹੈਗਾ ਸਾਰਾ ਸਿਸਟਮ, ਇਹ ਇਹਦਾ ਸਿਸਟਮ ਏ ਸੀ ਦਾ ਅੱਡ ਹੈ, ਉਹਨਾਂ ਦਾ ਉੱਧਰਲੇ ਪਾਸੇ ਅੱਡ ਹੈ ਇਹ ਸਿਸਟਮ। ਏ ਸੀ ਆ ਸੀ, ਆ ਏ ਸੀ ਦਾ ਸਿਸਟਮ ਹੈ। ਅੱਛਾ, ਇੱਧਰਲੇ ਪਾਸੇ ਏ ਸੀ ਦਾ, ਏ ਸੀ ਹੀਟ ਸਾਰਾ ਸਿਸਟਮ ਹੈ, ਹੀਟ ਥੱਲੇ ਤਾਂ ਨੂੰ ਆਉਂਦੀ ਆ। ਠੀਕ ਹੈ, ਤੇ ਏ ਸੀ ਉੱਪਰੋਂ ਥੱਲੇ ਨਹੀਂ ਆਉਂਦਾ ਤੇ ਭਾਈ ਫਿਰ ਜਿਹੜਾ ਮੰਨ ਲਓ ਇਹਦੇ ਨਾਂ ਕੀ ਨੰਦਾ, ਜਦੋਂ ਮੰਨ ਲਓ ਜਿਵੇਂ ਆਪਾਂ ਕਹੀਏ ਜਿਹੜਾ ਆਪਾਂ ਟਾਇਲਟ ਯੂਜ਼ ਕਰਦੇ ਹਾਂ, ਫਿਰ ਉਹ ਸਾਰਾ ਕਿੱਥੇ ਇਕੱਠਾ ਹੁੰਦਾ? ਇਹਦਾ ਇੱਕ ਥੱਲੇ ਸਟੋਰੇਜ ਏਰੀਆ ਬਣ ਜਾਵੇ ਥੱਲੇ। ਠੀਕ ਹੈ, ਉਹ ਫਿਰ ਤੁਸੀਂ ਜਦੋਂ ਜਾਂਦੇ ਬਾਹਰ ਨੂੰ ਜਾਂਦੇ ਆ ਤੁਸੀਂ ਉਹ ਉੱਥੇ ਕਲੀਨ ਕਰ ਦਿੰਦੇ ਆਪਣੇ ਆਪ ਹੀ ਆਣ ਕੇ, ਉਹ ਸੱਕ ਕਰ ਜਾਂਦੇ ਆ। ਠੀਕ ਆ, ਉੱਧਰ ਤੁਸੀਂ ਤੁਹਾਡਾ ਜਿਹੜਾ ਹੈਗਾ ਜਿਹੜਾ ਸਾਰਾ ਟਾਇਲਟ ਦਾ ਜਿਹੜਾ ਵੇਸਟ ਟੋਟਲੀ ਥੱਲੇ ਆ, ਵੇਸਟ ਟੋਟਲੀ ਥੱਲੇ ਆ। ਤੇ ਜਿਹੜਾ ਪਾਣੀ ਪੂਣੀ ਭਰਦੇ ਆ ਫਿਰ ਬਾਈ, ਉਹ ਪਾਣੀ ਪਾਣੀ ਉਹ ਵੀ ਥੱਲੇ ਆ, 3000 ਲੀਟਰ ਲੈ ਗਏ ਉਧਰਲੇ ਪਾਸੇ ਚੱਲਦੇ ਆ। ਆਜੋ, ਇੱਕ ਚੁੱਲ੍ਹਾ ਇੱਥੇ ਬਾਹਰਲੇ ਪਾਸੇ। ਅੱਛਾ, ਆਊਟਸਾਈਡ ਵਾਸਤੇ? ਆਊਟਸਾਈਡ ਵਾਸਤੇ ਚੁੱਲ੍ਹਾ ਇਹ। ਅੱਛਾ, ਤੇ ਆਊਟਸਾਈਡ ਵਾਸਤੇ ਆ ਫ੍ਰਿਜ ਵੀ ਹੈਗੀ ਆ। ਬਾਹਰ ਜੇ ਤੁਸੀਂ ਬਾਹਰ ਖੜੇ ਆ ਤੁਸੀਂ, ਹਾਂਜੀ, ਇਹ ਫ੍ਰਿਜ ਆ, ਬਾਹਰ ਖੜੇ ਆ। ਅੱਛਾ, ਬਾਹਰ ਖੜ ਕੇ ਖਾਣ ਪੀਣ ਵਾਸਤੇ ਇੱਧਰ ਫ੍ਰਿਜ ਲੱਗੀ? ਇਹ ਫ੍ਰਿਜ ਲੱਗੀ ਬਾਹਰ, ਉਹ ਆ ਚੀਜ਼ ਜਿਹੜੀ ਬਾਹਰ ਨੂੰ ਆ ਜਾਂਦੀ ਉੱਪਰ ਲਈ, ਅੱਛਾ, ਛੱਤ ਉੱਤੇ ਪੈ ਜਾਂਦੀ ਹੈ।
ਮੰਨ ਲਓ ਵੀ ਆਹ ਜਿਹੜਾ ਉੱਪਰ ਤੁਹਾਨੂੰ ਸਾਰੀ ਸਾਰੀ ਦੇਖ ਰਹੀ ਆ ਜਿਹੜਾ ਇਕੱਠੀ ਹੋਈ ਪਾਈਪ ਜੀ, ਇਹ ਮੈਟ ਬਣ ਜਾਂਦਾ, ਇਹ ਤਾਂ ਉੱਪਰ ਬਣ ਜਾਂਦਾ, ਛੱਤ ਬਣ ਜਾਂਦੀ, ਛੱਤ ਬਣ ਜਾਂਦੀ ਆ। ਠੀਕ ਹੈ, ਠੀਕ ਹੈ, ਤੇ ਆ ਜਾਓ ਦੂਜੇ ਪਾਸੇ ਆ ਜਾਓ। ਤੇ ਬਾਈ ਇੱਧਰ ਫਿਰ ਮੈਂ ਪਹਿਲਾਂ ਨਾ ਬਾਈ ਨੂੰ ਕਿਹਾ, ਮੈਂ ਕਿਹਾ ਬੜਾ ਕੱਢ ਲਈਏ, ਮੈਨੂੰ ਐਸੇ ਬੰਦਾ ਚਾਹੀਦਾ, ਤੇ ਅਸਲ 'ਚ ਇਹਦੀ ਹੋਕੀ ਬੜੇ ਘੈਂਟ। ਆਹ ਪਿੱਕਾ ਬਸ ਫਿਰ ਇਹਦੇ ਨਾਲ ਇਹਦੇ ਵਾਸਤੇ ਲਿਆਉਂਦਾ, ਇਹਦੇ ਵਾਸਤੇ ਲਿਆਉਂਦਾ ਯਾਰ। ਅੱਛਾ, ਇਹ ਆਹ ਹੁੱਕ ਆ, ਆਹ ਹੁੱਕ ਸਿਸਟਮ ਆ ਬਾਈ ਇਹਦਾ, ਨਾ ਆਪਣੇ ਵਾਂਗੂ ਕਿੱਲੀ ਕੱਢਣੀ ਪਵੇ ਨਾ ਕੁਛ ਹੋਰ, ਤਾਂ ਸਿੱਧੀ ਇਹਦੀ ਹੁੱਕ ਪੈਂਦੀ ਹੈ। ਤੇ ਅੱਗੇ ਆਪਾਂ ਉੱਧਰ ਆ ਗਿਆ, ਇੱਧਰ ਦੇ ਪਾਸੇ ਇਹਦੀ ਬੇਸਮੈਂਟ, ਜਿਵੇਂ ਘਰਾਂ 'ਚ ਬੇਸਮੈਂਟ ਹੁੰਦੀ ਹੈ। ਹਾਂਜੀ ਹਾਂਜੀ, ਇਹ ਆਹ ਸਿਲੰਡਰ ਆ ਗਿਆ ਇੱਕ ਦਾ, ਹਾਂਜੀ ਇੱਕ ਸਿਲੰਡਰ, ਦੂਜੇ ਦੋ ਸਿਲੰਡਰ ਆ ਚੌਂਦੇ ਵੱਡੇ। ਠੀਕ ਹੈ, ਤੇ ਆ ਗਈ ਬੇਸਮੈਂਟ ਇਹਦੀ, ਆਹ ਪਾਣੀ ਦਾ ਸਿਸਟਮ ਸਾਰਾ ਇੱਥੇ ਦਾ, ਆਹ ਬੇਸਮੈਂਟ ਆ ਗਈ ਤੇ ਆਹ ਪਾਣੀ ਦਾ, ਆਹ ਪਾਣੀ ਦਾ ਸਿਸਟਮ ਆ, ਉਹ ਜਿਵੇਂ ਇਹ 'ਚ ਪਾਣੀ ਪੈਂਦਾ ਇਹ 'ਚ, ਸਿਟੀ ਬਾਹਰ ਕਰਨਾ ਬਲੈਕ ਟੈਂਕ ਤੇ ਬਲੈਕ ਟੈਂਕ ਹੈ। ਪਾਣੀ ਜੇ ਸੈਲਾਂ ਦੇ ਵਿੱਚ ਪਾਣੀ ਕੱਢਣਾ ਪੈਂਦਾ, ਨਹੀਂ ਜੰਮ ਜੂਗਾ ਇਹ, ਜਿਹੜਾ ਪਾਣੀ ਇੱਥੋਂ ਲੀਕ ਬੰਦ ਕਰਨੀ ਪੈਂਦੀ ਹੈ। ਇਲੈਕਟ੍ਰਿਕ ਪੈਪ ਹੁੰਦੀ, ਜਿੱਥੇ ਜਾਂਦੇ ਜਿੱਥੇ ਵੀ ਜਾ ਕੇ ਖੜੀ ਕਰਾਂਗੇ ਆਪਾਂ, ਉੱਥੇ ਆਪਾਂ ਨੂੰ ਇਲੈਕਟ੍ਰਿਕ ਤੇ ਪਾਣੀ ਉਹ ਦੇਣਗੇ। ਠੀਕ ਹੈ, ਜਿੱਥੇ ਜੰਗਲ 'ਚ ਕਿਤੇ ਵੀ ਜਾ ਕੇ ਖੜੀ ਕਰਨੀ ਆ ਇਹ ਸਾਈਜ਼ ਦੀ। ਠੀਕ ਆ, ਤੇ ਇਹ ਫਿਰ ਚਾਰਜ ਹੁੰਦਾ ਫਿਰ ਇਹਦੇ ਨਾਲ ਇਲੈਕਟ੍ਰਿਕ, ਇਹਦੇ ਨਾਲ ਇਹ ਇੱਕ ਵਾਰੀ ਚਾਰਜ ਹੋ ਜਾਂਦੇ ਪੂਰੀ। ਹਾਂਜੀ, ਮੰਨ ਲਾ ਜੇ ਕਿਤੇ ਵੀ ਦੂਰ ਨੇੜੇ ਜਾਣਾ ਮੈਂ, ਇਹਦੇ ਬੈਟਰੀ ਲੱਗੇ ਚਾਰਜ ਹੋ ਜਾਂਦੇ ਪੂਰੇ, ਉਹ ਮੂਹਰੇ ਆ ਦਿਖਾਉਣਾ ਤੁਹਾਨੂੰ। ਆ ਜਾ ਆ ਫਿਰ ਜਿਹੜੀ ਪੌੜੀ ਲੈ ਕੇ ਤੇ ਛੱਤ ਛੁੱਤ ਤੇ ਸੌਣ ਵਾਸਤੇ, ਪੌੜੀ ਛੱਤ ਤੇ ਮੱਛਰ ਮੁੱਛਰ ਹੋਵੇ ਤਾਂ ਕਰਕੇ ਸੌਂ ਜਾਈਦਾ। ਠੀਕ ਹੈ, ਇਹ ਤਾਂ ਕਰਕੇ ਸੌਂ ਜਾਈਦਾ ਵਾ। ਠੀਕ, ਆ ਇਹਦਾ ਡੋਰ ਆ ਬਾਈ, ਹੈ ਇੱਕ ਬਾਹਰ, ਆ ਇਹਦਾ ਬਾਹਰ ਦਾ ਆਪਾਂ ਗਏ ਸੀ, ਆ ਡੋਰ ਹੈ। ਠੀਕ ਹੈ, ਇਹ ਡੋਰ ਉੱਥੋਂ ਅੰਦਰੋਂ ਲੱਗਾ ਵਾ। ਰੋਡ ਤੇ ਜਾਊਗੀ, ਅੰਦਰ ਨੂੰ ਜਾ ਵੜਨੇ ਆ, ਰੋਡ ਤੇ ਜਾਣੀ ਹੈ। ਠੀਕ ਹੈ, ਤੇ ਇਧਰਲੇ ਪਾਸੇ ਆ ਗਿਆ ਬਾਈ ਨੰਬਰ ਓਂਟਾਰੀਓ। ਸੋ ਜਦੋਂ ਮੰਨ ਲਓ ਇਹ ਪਰਫੈਕਟ ਆ, ਜਦੋਂ ਕਿਸੇ ਯਾਰ ਮਿੱਤਰਾਂ ਨੇ ਤੁਸੀਂ ਜਾਣਾ ਹੁੰਦਾ, ਫਿਰ ਕਿੰਨੇ ਜਣੇ ਜਾਂਦੇ ਹੋ ਬਾਈ ਜਦੋਂ ਜਾਂਦੇ ਹੋ? ਅਸੀਂ ਪੂਰੇ ਜਣੇ 8-10 ਜਣੇ ਇਕੱਠੇ ਹੋ ਗਏ। ਕਿੰਨੇ ਜਣੇ ਵਾਸਤੇ ਫਿਰ? ਫਿਰ ਲਾਇਆ ਜੀ ਦਾ 2-3 ਵੀਕ। ਅੱਛਾ, ਫਿਰ ਸਾਰਾ ਕੁਝ ਵਿੱਚ ਹੀ ਚੱਲਦਾ, ਸਾਰਾ ਕੁਝ ਵਿੱਚ ਹੀ ਚੱਲਦਾ ਫਿਰ। ਠੀਕ ਆ, ਤੇ ਆਹ ਜਿਹੜਾ ਹੈਗਾ ਆਪਾਂ ਕਿ ਮਾਸਟਰ ਬੈਡਰੂਮ ਬਾਹਰ ਨਿਕਲਿਆ ਹੋਇਆ ਜਿਹੜਾ ਅੰਦਰੋਂ ਦਿਖਾਇਆ ਸੀ। ਹਾਂ ਠੀਕ ਹੈ, ਤੇ ਫਿਰ ਇਧਰਲੇ ਪਾਸੇ ਪਿੱਕਾ, ਤੇ ਇਧਰਲੇ ਪਾਸੇ ਆ ਗਿਆ ਆਹ ਆਹ ਇਲੈਕਟ੍ਰਿਕ ਸਿਸਟਮ ਆ ਗਿਆ ਇੱਥੇ। ਅੱਛਾ ਬਾਈ, ਅੱਛਾ ਇਧਰਲੇ ਪਾਸੇ ਸਾਰੀ ਸਾਰੀ ਸਪਲਾਈ ਆ, ਇਹ ਇਲੈਕਟ੍ਰਿਕ ਸਿਸਟਮ ਹੈ ਸਾਰਾ ਇੱਥੇ। ਠੀਕ ਹੈ, ਇਹਦੇ 'ਚ ਬੈਟਰੀ ਆ। ਹਾਂਜੀ ਹਾਂਜੀ, ਤੇ ਬਿਜਲੀ ਕਨਵਰਟ ਕਰਦਾ ਇੱਥੇ, ਸਾਰਾ ਕੁਝ ਇੱਥੇ ਚੱਲਦਾ ਇਹ। ਏਸੀ ਨੂੰ ਡੀਸੀ ਜਿੱਥੇ ਜੋ ਵੀ, ਹਾਂ ਅੱਧਾ ਕਿ ਏਸੀ ਡੀਸੀ ਬਣਾਉਣੀ ਇੱਥੇ ਸੋਚਣ ਲੱਗ ਜਾਂਦੀ ਹੈ ਇਹ। ਠੀਕ ਹੈ, ਮਤਲਬ ਕਿ ਪੂਰੀਆਂ ਸਹੂਲਤਾਂ ਹੈਗੀਆਂ, ਪੂਰੀਆਂ ਸਹੂਲਤਾਂ, ਪੂਰੀਆਂ ਸਹੂਲਤਾਂ। ਮਤਲਬ ਕਿ ਇਹ ਉਹਦੇ ਵਾਸਤੇ ਜਿਵੇਂ ਤੁਸੀਂ ਜੰਗਲਾਂ 'ਚ ਜਾ ਕੇ ਰੋਕ ਲਈ, ਬਸ ਉੱਥੇ ਸਾਰਾ ਕੁਝ ਸਹੂਲਤ, ਜਿੰਨੀ ਸੂ ਘਰ ਸਹੂਲਤ ਉੰਨੀ ਸੂ ਉੱਥੇ ਇਹ 'ਚ ਮਿਲ ਲਗੀਆਂ, ਇਹਦੇ 'ਚ ਮਿਲ ਲਗੀਆਂ। ਤੇ ਕਿੰਨਾ ਚਿਰ ਪਹਿਲਾਂ ਤਿਆਰ ਕਰਾਇਆ ਸੀ ਬਈ ਇਹ? ਇਹ ਆਪਾਂ ਜੋ ਕਰੋਨਾ ਦੇ ਵਿੱਚ ਜੋ ਸਾਰਾ ਕੁਝ ਬੰਦ ਸੀਗਾ, ਹਾਂ ਹਾਂ, ਜਾ ਨਹੀਂ ਸਕਦੇ ਸੀ ਆਪਾਂ ਮੋਟਲਾਂ 'ਚ, ਹਾਂਜੀ, ਫਿਰ ਉਦੋਂ ਆਪਾਂ US ਤੋਂ ਤਿਆਰ ਕਰਾਈ ਸੀ ਇਹ। ਅੱਛਾ, ਅਮਰੀਕਾ ਤੋਂ ਬਣਾਇਆ? ਅਮਰੀਕਾ ਤੋਂ ਬਣਾਇਆ। ਇਹ ਸਪੈਸ਼ਲ ਬਣਾਉਣਾ ਪੈਂਦਾ ਤੇ ਉਹਦਾ ਮਾਈਲਸਟੋਨ ਕੰਪਨੀ ਦਾ? ਨਹੀਂ, ਆਉਂਦੇ ਤਾਂ ਹੈਗੇ ਪਰ ਪਹਿਲਾਂ ਇਹ ਆਪਾਂ ਐਕਸਟੈਂਡ ਕਰਾਇਆ। ਠੀਕ ਆ, ਮਤਲਬ ਜ਼ਿਆਦਾ ਫੈਮਿਲੀ ਵਾਸਤੇ। ਠੀਕ ਆ, ਹਾਂ, ਤੇ ਬਾਈ ਇਹਦਾ ਕਿੰਨੀ ਕੀਮਤ ਰਹੀ ਫਿਰ ਇਹਦੀ? ਇਹ ਦੋਨਾਂ ਯੂਨਿਟਾਂ ਦੀ ਰਾਊਂਡ ਅਬਾਊਟ $2,00,000
2 lakh US ਡਾਲਰ ਤੇ ਫਿਰ 85 ਨਾਲ ਗੁਣਾ ਕਰਨ ਵਾਲਾ ਸਾਡੇ ਤਾਂ ਔਖਾ ਹੀ ਕਹਾਂ ਤੇ ਲਗਭਗ 2 lakh US ਡਾਲਰ ਦਾ ਵੀਰੇ ਇਹ ਜਿਹੜਾ ਹੈਗਾ ਪਿੱਕਾ ਤਿਆਰ ਕੀਤਾ ਤੇ ਕਰੋਨਾ ਵੇਲੇ ਜਦੋਂ ਕਹਿੰਦੇ ਵੀ ਜਿਹੜਾ ਲੋੜ ਕਾਢ ਦੀ ਮਾਂ ਜਾਂ ਪੰਜਾਬੀ ਆਪਦਾ ਢੰਗ ਲੱਭ ਵੀ ਲੈਂਦੇ ਮੋਟਲ ਹੋਟਲ ਬੰਦ ਸੀ ਤਾਂ ਭਾਈ ਨੇ ਘੁੰਮਣ ਵਾਸਤੇ ਫਿਰ ਇਹ ਤਿਆਰ ਕਰਾਇਆ ਕਰੋਨਾ ਵਾਸਤੇ ਜਿੱਥੇ ਇਹ ਜਿੱਥੇ ਮਰਜ਼ੀ ਜਾ ਵੜੋ ਠੀਕ ਆ।